ਸਮੇਂ ਕੂੜਾ ਡੰਪ ਬਣ ਗਿਆ ਜਦੋਂ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੇ ਟਰਾਲੀਆਂ ਭਰ ਭਰ ਕੇ ਕੂੜਾ ਲਿਆ ਕੇ ਕੋਤਵਾਲੀ ਦੇ ਵਿਚ ਲਿਆ ਸੁੱਟਿਆ। ਨਗਰ ਨਿਗਮ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਕੂੜਾ ਡੰਪ ਦੇ ਕੋਲ ਉਹਨਾਂ ਦੇ ਇੱਕ ਆਨ ਡਿਊਟੀ ਮੁਲਾਜ਼ਮ ਨੂੰ ਕੁਝ ਵਿਅਕਤੀਆਂ ਵੱਲੋਂ ਡੰਡਿਆਂ ਨਾਲ ਪੂਰੀ ਤਰ੍ਹਾਂ ਕੁੱਟਿਆ ਗਿਆ ਜੋ ਕਿ ਹੁਣ ਹਸਪਤਾਲ ਚ ਚਿਰੇ ਇਲਾਜ ਹਨ। ਪੁਲਿਸ ਦੇ ਇਸ ਮਾਮਲੇ ਤੇ ਕਿਸੇ ਵੀ ਕਿਸਮ ਦੀ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਇਹ ਕੂੜਾ ਲਿਆ ਕੇ ਥਾਣੇ ਸੁੱਟਿਆ ਗਿਆ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਨੂੰ ਕਿਵੇਂ ਸੁਲਝਾਉਂਦੀ ਹੈ। ਜੀ ਜਿਹੜਾ ਅੱਜ ਧਰਨਾ ਲੱਗਿਆ ਸਾਡਾ ਇੱਕ ਮੁਲਾਜ਼ਮ ਵੀਰ ਡਰਾਈਵਰ ਲਵਲੀ ਜੀ ਉਹਦੇ ਨਾਲ ਦੋ ਬੇਲਦਾਰ ਭਰਾ ਸੀ ਸਾਡੇ ਪਰਸੋਂ ਡੰਪ ਦੇ ਉਹ ਟਰਾਲੀ ਇਕੱਠੀ ਕੂੜੇ ਦੀ ਖਾਲੀ ਕਰਨ ਗਏ ਨੇ ਉੱਥੇ ਕੁਛ ਵਿਅਕਤੀਆਂ ਨੇ ਦੋ ਲੇਡੀਜ਼ ਸੀ ਇੱਕ ਦੋ ਜੈਂਟਸ ਸੀ ਉਹਨਾਂ ਨੇ ਆ ਕੇ ਸਾਡੇ ਮੁਲਾਜ਼ਮਾਂ ਦੇ ਡੰਡੇ ਮਾਰ ਮਾਰ ਕੇ ਜੀ ਉਹਨਾਂ ਦਾ ਬੁਰਾ ਹਾਲ ਕਰਤੇ। ਮੈਂ ਮੌਕੇ 'ਤੇ ਕੋਤਵਾਲੀ ਦੇ ਵਿੱਚ ਫੋਨ ਕੀਤਾ ਮੁਨਸੀ ਨੂੰ ਫੋਨ ਕੀਤਾ ਵੀ ਉੱਥੇ ਮੌਕੇ 'ਤੇ ਸਾਡੇ ਮੁਲਾਜ਼ਮ ਨੂੰ ਕੁੱਟਮਾਰ ਹੋ ਰਹੀ ਹੈ ਵੀ ਤੁਸੀਂ ਉੱਥੇ ਆਪਣੇ ਮੁਲਾਜ਼ਮ ਭੇਜੋ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਜਾਵੇ। ਸੋ ਸਾਡਾ ਅੱਜ ਤੀਸਰੇ ਦਿਨ ਸੋ ਪਰਸੋਂ ਤੋਂ ਹੁਣ ਦੇਖੋ ਜੀ ਇਹੀ ਸਾਡਾ ਰੋਸ ਹੈ। ਅੱਧਾ ਘੰਟਾ ਸਾਨੂੰ ਉਰੇ ਆਇਆਂ ਨੂੰ ਹੋ ਗਿਆ ਅਸੀਂ ਇੱਕੋ ਮੰਗ ਕਰਕੇ ਆਏ ਹਾਂ ਵੀ ਜਿਹੜਾ ਓਨ ਡਿਊਟੀ ਸਰਕਾਰੀ ਮੁਲਾਜ਼ਮ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਉਹ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਬਸ ਸਾਡੀ ਮੰਗ ਇਹ ਹੈ। ਪਰਚਾ ਹੋਇਆ ਹੁੰਦਾ ਜੀ ਫਿਰ ਅਸੀਂ ਉਰੇ ਬੈਠੇ ਕਰਦੇ ਹੁੰਦੇ ਜੀ। ਬੰਦੇ ਦੀ ਪਹਿਚਾਣ ਹੈ ਇਹਨਾਂ ਨੇ? ਬਿਲਕੁਲ ਬੰਦਿਆਂ ਦੀ ਪਹਿਚਾਣ ਹੈ ਜੀ। ਬੰਦਾ ਕੱਲ੍ਹ ਬਿਆਨ ਹੋਏ ਨੇ ਇਹਨਾਂ ਦਾ ਉਸ ਤੋਂ ਕੋਤਵਾਲੀ ਤੋਂ ਇਸ ਸਹੀ ਕੋਈ ਗਿਆ ਨੇ ਉਹਨਾਂ ਨੇ ਬਿਆਨ ਲਿੱਤੇ ਨੇ ਲਵਲੀ ਜੀ ਦੇ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਪਰਚਾ ਦਰਜ ਕਰਕੇ ਬੰਦੇ ਨੂੰ ਫੜ ਲਓ ਤੇ ਅਸੀਂ ਹੁਣ ਦੇਖ ਲਓ ਵੀ ਹਨੂੰਮਾਨ ਦੇ ਮੰਦਿਰ ਤੋਂ ਲੈ ਕੇ ਉਰ ਤੱਕ ਪਹੁੰਚੇ ਆ। ਕਿਹੜੀ ਜਗ੍ਹਾ ਕੁੱਟਮਾਰ ਹੋਈ? ਕੁੱਟਮਾਰ ਹੋਈ ਆ ਜੀ ਡੰਪ ਤੇ ਜਿੱਥੇ ਕੂੜਾ ਗਿਰਦਾ ਪੂਰੇ ਸ਼ਹਿਰ ਸਨੋਰੀ ਅੱਡੇ ਕੋਲ ਡੰਪ ਹੈ ਨਦੀ ਦੇ ਕੋਲ ਟਰਾਲੀ ਖਾਲੀ ਕਰ ਉੱਥੇ ਟਰਾਲੀ ਖਾਲੀ ਕਰ ਰਹੇ ਸੀ ਦੋ ਬੇਲਦਾਰ ਭਰਾ ਤੇ ਸਾਡੇ ਇੱਕ ਡਰਾਈਵਰ ਸੀ ਉਹਨਾਂ ਨਾਲ ਡੰਡਿਆਂ ਨਾਲ ਮਾਰੀ ਆ ਕੁੱਟਮਾਰ ਕੀਤੀ ਆ ਤਲਵਾਰ ਮਾਰੀ ਆ ਆ ਮੌਕੇ ਤੇ ਮੰਗੂ ਰਾਮ ਦੀ ਇਹਦੇ ਡਾਂਗਾ ਵਿਕਾਸ ਨੂੰ ਬਲਾ ਮੋਰੇ ਨੂੰ ਬੁਲਾਓ ਜੀ ਕੁੱਟਮਾਰ ਹੋਈ ਆ ਉਹ ਕਰਮਚਾਰੀ ਉਹ ਸਾਡੇ ਨਗਰ ਨਿਗਮ ਦੇ ਮੁਲਾਜ਼ਮ ਹੈ ਜੀ ਕਿੱਥੇ ਆ ਭਾਜੀ ਉਹ ਇੱਥੇ ਹੋ ਰਹੇ ਆ ਜੀ ਇੱਕ ਰਜਿੰਦਰਾ ਸਾਹਿਬ ਦੇ ਦਾਖਲ ਪਿਆ ਐਡਮਿਟ ਨੇ ਐਡਮਿਟ ਨੇ ਕਿੱਦਾਂ ਦੀ ਹਾਲਤ ਹੈ ਉਹਨਾਂ ਦੀ? ਉਹ ਹਾਲਤ ਖਰਾਬ ਹੈ ਜੀ ਖੂਨ ਮੂੰਹ ਦੇ ਵਿੱਚ ਉਹਨਾਂ ਦੇ ਖੂਨ ਆਇਆ ਜੀ ਇਸ ਕਰਕੇ ਹਸਪੀਟਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਛਾਤੀ 'ਚੋਂ ਖੂਨ ਆ ਗਿਆ ਸੀ। ਇਹ ਧਰਨਾ ਜਦ ਤੱਕ ਜਾਰੀ ਹੋ? ਇਹ ਧਰਨਾ ਜਦ ਤੱਕ ਪਰਚਾ ਨਹੀਂ ਦਰਜ ਹੁੰਦਾ ਜੀ ਅਸੀਂ ਬੈਠੇ ਦੋ ਤਿੰਨ ਦਿਨ ਪਹਿਲੇ ਦਾ ਮਸਲਾ ਕਿ ਇਹਨਾਂ ਜਿਹਨਾਂ ਨੇ ਧਰਨਾ ਲਾਇਆ ਇਹਨਾਂ ਦਾ ਲੜਕਾ ਰਮੇਸ਼ ਅਸਵਾਮੀ ਦੇ ਬਾਬੂ ਰਾਮ ਨਾਮ ਦੇ ਵਿਅਕਤੀ ਦੀ ਲੜਕੀ ਨੂੰ ਭਜਾ ਕੇ ਲੈ ਗਿਆ ਸੀ ਜੀ ਅਤੇ ਉਹਨਾਂ ਨੇ ਥਾਣੇ ਦਰਖਾਸਤ ਦਿੱਤੀ ਹੈ ਅਤੇ ਉਸ ਤੋਂ ਬਾਅਦ ਇਹ ਕਿ ਜਿਹੜਾ ਇਹ ਲਵਲੀ ਹੈ ਨਗਰ ਨਿਗਮ 'ਚ ਨੌਕਰੀ ਕਰਦਾ ਹੈ ਉੱਧਰ ਕਿਤੇ ਕੂੜਾ ਡੰਪ ਸੁੱਟਣ ਗਿਆ ਹੋਣਾ ਅਤੇ ਉੱਥੇ ਇਹਨਾਂ ਦੀ ਤਕਰਾਰਬਾਜ਼ੀ ਹੋ ਗਈ ਇਹਨਾਂ ਦੀ ਥੋੜ੍ਹੀ ਬਹੁਤੀ ਲੜਾਈ ਝਗੜਾ ਹੋਣ ਦਾ ਮਾਮਲਾ ਆਇਆ ਅਤੇ ਇਸ ਸੰਬੰਧੀ ਇਹਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ ਹੋਈ ਹੈ ਉਹਦੇ 'ਚ ਇਹਨਾਂ ਦੇ ਮਾਮੂਲੀ ਸੱਟਾਂ ਹੋਣੀਆਂ ਪਾਈਆਂ ਗਈਆਂ ਨੇ ਉਹਦੇ ਹਿਸਾਬ ਨਾਲ ਜੋ ਵੀ ਕਾਰਵਾਈ ਬਣਦੀ ਹੋਏਗੀ ਅਸੀਂ ਕਰਾਂਗੇ ਅਤੇ ਲੇਕਿਨ ਜਿਹੜਾ ਲੜਕੀ ਵਾਲਾ ਮਾਮਲਾ ਹੈ ਉਹਦੇ 'ਚ ਲੜਕੀ ਹੈ ਜੇ ਬਰਾਮਦ ਨਹੀਂ ਹੋਈ ਜਦੋਂ ਲੜਕੀ ਬਰਾਮਦ ਹੋ ਗਈ ਉਹਦੇ ਸਟੇਟਮੈਂਟ ਦੇ ਆਧਾਰ 'ਤੇ ਦੀ ਕਾਰਵਾਈ ਇਹਨਾਂ ਦੇ ਖਿਲਾਫ਼ ਕੀਤੀ ਜਾਏਗੀ। ਸਰ ਸਫਾਈ ਕਰਮਚਾਰੀਆਂ ਦਾ ਇਹ ਕਹਿਣਾ ਵੀ ਅਸੀਂ ਕੂੜਾ ਸਿੱਟਣ ਗਏ ਸੀ ਤਾਂ ਸਾਨੂੰ ਕੁੱਟਿਆ ਗਿਆ? ਕੂੜਾ ਸਿੱਟਣਾ ਇੱਕ ਡਿਫਰੈਂਟ ਮੈਟਰ ਹੈ ਲੇਕਿਨ ਇਹ ਜਿਹੜਾ ਲੜਕੀ ਦਾ ਮਾਮਲਾ ਹੈ ਇੱਕ ਵੱਖਰੀ ਚੀਜ਼ ਹੈ ਇਹਦਾ ਇੱਦਾਂ ਦਾ ਕੂੜੇ ਸਿੱਟਣ ਨਾਲ ਸੰਬੰਧ ਨਹੀਂ ਹੈਗਾ। ਇੱਕ ਲੜਕੀ ਦੇ ਵਾਰਸਾਂ ਵੱਲੋਂ ਜਿਹੜਾ ਲੜਕੇ ਦੇ ਮਾਂ ਬਾਪ ਨਾਲ ਝਗੜਾ ਹੋਣ ਦਾ ਮਾਮਲਾ। ਕੈਪਟਨ ਦੇ ਜੱਦੀ ਪਿੰਡ ਮਹਿਰਾਜ ਪੱਤੀ ਸੰਧਲੀ ਦੀ ਆਮ ਚੋਣ ਅੱਜ ਅਮਨ ਅਮਾਨ ਨਾਲ ਨੇਪਰੇ ਚੜ੍ਹਗੀ ਜਿਸ ਵਿਚ ਕੁੱਲ 11 ਚੋਂ 10 ਮੈਂਬਰ ਬਿਨਾ ਮੁਕਾਬਲਾ ਚੁਣੇ ਗਏ ਜਦਕਿ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ 1 ਮੈਂਬਰ ਚੁਣਿਆ ਜਾਣਾ ਬਾਕੀ ਹੈ। ਇਸ ਸਬੰਧੀ ਚੋਣ ਅਧਿਕਾਰੀ ਅਮਨਦੀਪ ਸਿੰਘ ਤੇ ਸਹਾਇਕ ਚੋਣ ਅਧਿਕਾਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸਿਰਫ 10 ਮੈਂਬਰਾਂ ਨੇ ਹੀ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਸਨ ਜਿਨ੍ਹਾਂ ਵਿਚ 8 ਮਰਦ ਤੇ 2 ਔਰਤਾਂ ਸ਼ਾਮਿਲ ਹਨ। ਸਾਰਿਆਂ ਦੇ ਕਾਗਜ਼ ਸਹੀ ਪਾਏ ਗਏ ਅਤੇ ਬਿਨਾ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਅਤੇ ਵਰਕਰਾਂ ਵੱਲੋਂ ਹਰਿੰਦਰ ਹਿੰਦਾ ਦੀ ਅਗਵਾਈ 'ਚ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਸਹਿਕਾਰੀ ਸਭਾ ਦੀ ਚੋਣ ਨੂੰ ਮਾਨਯੋਗ ਹਾਈਕੋਰਟ ਚੁਣੌਤੀ ਦੇਣ ਦਾ ਫੈਸਲਾ ਵੀ ਲਿਆ। ਦੱਸਣਾ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿੰਡ ਮਹਿਰਾਜ ਵਿਖੇ ਕੋਆਪਰੇਟ ਸੋਸਾਇਟੀ ਦੀ ਚੋਣ ਸੀ ਜੋ ਕਿ ਟਾਈਮ 10:30 ਤੋਂ 11 ਵਜੇ ਦਾ ਟਾਈਮ ਸੀਗਾ ਕਾਗਜ਼ ਭਰਨ ਦਾ। ਪਰ ਸ਼੍ਰੋਮਣੀ ਅਕਾਲੀ ਦਲ ਦੇ 6 ਕੈਂਡੀਡੇਟ ਨੇ ਜਿਨ੍ਹਾਂ ਨੇ ਕਾਗਜ਼ ਦਾਖਲ ਕਰਨੇ ਸੀ ਕਾਗਜ਼ ਇਹਨਾਂ ਦੇ ਕੋਲ ਆ ਪਰ ਇੱਥੋਂ ਦੇ DSP ਫੂਲ ਆ ਜਸਵੀਰ ਸਿੰਘ ਜਿਹਨੇ ਆ ਕੇ ਲਲਕਰ ਕੇ ਸਾਨੂੰ ਕਿਹਾ ਵੀ ਤੁਸੀਂ ਗੇਟ ਤੋਂ ਬਾਹਰ ਹੋ ਜਾਓ ਨਹੀਂ ਤੁਹਾਨੂੰ ਮੈਂ ਅਰੈਸਟ ਕਰੂੰਗਾ। ਅਸੀਂ ਕਿਹਾ ਸਾਨੂੰ ਅਰੈਸਟ ਕਰ ਲਓ ਪਰ ਸਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਕੋਈ ਅਰੈਸਟ ਨਹੀਂ ਕਰਿਆ। ਆਹ ਨੋਮੀਨੇਸ਼ਨ ਫਾਰਮ ਆ ਤੁਹਾਡੇ ਸਾਹਮਣੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਾਂ ਨੂੰ ਬਾਹਰ ਕੱਢ ਦਿੱਤਾ ਹੋਇਆ ਤੇ ਉਹਨਾਂ ਦੀ ਨਾਮਜ਼ਦਗੀ ਦਾਖਲ ਨਹੀਂ ਭਰਨ ਦਿੱਤੇ ਤੇ ਇਹ ਹੁਣ ਇਹ ਚੋਣ ਨਿਰਵਿਰੋਧ
ਕਾਂਗਰਸ ਦੇ ਕੈਂਡੀਡੇਟਾਂ ਨੂੰ ਜਿਤਾਉਣਗੇ ਧੱਕੇ ਨਾਲ, ਜਿਹਦੇ ਵਿੱਚ ਮੁੱਖ ਰੋਲ DSP ਜਸਵੀਰ ਸਿੰਘ ਦਾ ਹੈ ਫੂਲ ਦਾ। ਤੇ ਤੁਹਾਨੂੰ ਇਹ ਨੋਮੀਨੇਸ਼ਨ ਫਾਰਮ ਦਿਖਾਉਣੇ ਆ ਕਿ ਸਾਡੇ ਕੈਂਡੀਡੇਟਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਨੋਮੀਨੇਸ਼ਨ ਫਾਰਮ ਨੇ ਆ, ਦੇਖੋ ਭਰੇ ਹੋਏ ਆ, ਅੰਦਰ ਨਹੀਂ ਜਾਣ ਦਿੱਤਾ। DSP ਨੇ ਧੱਕੇ ਨਾਲ ਫੋਰਸ ਲਾ ਕੇ 100 ਬੰਦਾ ਫੋਰਸ ਦਾ ਲਾਇਆ ਹੋਇਆ ਗੇਟ ਸਾਹਮਣੇ ਦੇਖ ਸਕਦੇ ਹੋ, ਤੇ ਸਾਡੇ ਕੈਂਡੀਡੇਟਾਂ ਨੂੰ ਬਾਹਰ ਧੱਕੇ ਨਾਲ ਕੱਢ ਦਿੱਤਾ ਹੈ। ਤੇ ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦੇ ਹਾਂ ਕਿ ਤੁਹਾਡੇ ਪਿੰਡ ਵਿੱਚ ਹੀ ਇੰਨਾ ਧੱਕਾ ਹੋ ਰਿਹਾ ਹੈ ਤੇ ਪੂਰੇ ਪੰਜਾਬ ਵਿੱਚ ਦੇਖ ਲਓ ਕੀ ਹਾਲ ਹੋਵੇਗਾ। ਅਸੀਂ ਮੀਡੀਆ ਰਾਹੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ, ਤੇ ਜੇ ਨਾ ਇਨਸਾਫ਼ ਮਿਲਿਆ ਅਸੀਂ ਤਾਂ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ। ਉਹਨਾਂ ਕੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਮੁੱਖ ਮੰਤਰੀ ਸਾਹਿਬ ਦੇ ਮੁਖਰੁਖਿਆਂ ਦੇ ਪਿੰਡ ਦੇ ਵਿੱਚ ਪਹਿਲਾਂ ਕੁਝ ਦਿਨ ਪਹਿਲਾਂ ਚੋਣ ਹੋਈ ਸੀ ਪੱਤੀ ਕਾਲੇ ਦੀ, ਉਦੋਂ ਵੀ ਐਵੇਂ ਜਿਵੇਂ ਸਾਨੂੰ ਧੱਕੇ ਨਾਲ ਕਾਗਜ਼ ਨਹੀਂ ਭਰ ਦਿੱਤੇ ਅਤੇ ਮਗਰੋਂ ਖਬਰ ਲਵਾ ਦਿੱਤੀ ਵੀ ਬਿਨਾਂ ਮੁਕਾਬਲਾ ਜੇਤੂ ਹੋਏ ਨੇ ਕੈਂਡੀਡੇਟ। ਅੱਜ ਅਸੀਂ ਉਦੋਂ ਜ਼ਿਆਦਾ ਚੌਕਸੀ ਨਾਲ ਬੰਦੇ ਆਪਦੇ ਪਹਿਲੇ ਅੰਦਰ ਵਾੜਤੇ ਸੀਗੇ ਅਤੇ ਉਹਨੂੰ ਬੈਠੇ ਰਹੇ। ਜਦੋਂ ਪਤਾ ਟਾਈਮ ਹੋ ਗਿਆ ਕਾਗਜ਼ ਭਰਨ ਦਾ, ਕਾਗਜ਼ ਸਾਡੇ ਬੰਦਿਆਂ ਦੇ ਕੋਲੇ ਭਰੇ ਹੋਏ ਤੋਂ ਕਾਗਜ਼ ਭਰਨ ਦਾ ਟਾਈਮ ਹੋ ਗਿਆ, ਤਾਂ ਉੱਥੇ ਮੌਕੇ 'ਤੇ DSP ਸਾਹਿਬ ਜਸਵੀਰ ਸਿੰਘ ਜੀ ਆਏ, ਉਹ ਕਹਿੰਦੇ ਕੋਈ ਕਾਗਜ਼ ਕੋਈ ਨਹੀਂ ਕਿਸੇ ਦੇ ਭਰਨੇ, ਲਿਖੋ ਬਾਹਰ, ਕਹਿੰਦੇ ਨਹੀਂ ਮੈਂ ਸਵੇਰੇ ਪਰਚੇ ਦਰਜ ਕਰ ਦੂੰਗਾ ਅਤੇ ਸਾਨੂੰ ਬੰਦਿਆਂ ਨੂੰ ਧੱਕੇ ਮਾਰ ਕੇ ਬਾਹਰ ਕੱਢਤਾ ਅਤੇ ਕਾਗਜ਼ ਨੋਮੀਨੇਸ਼ਨ ਦਾ ਟਿੱਕਾ ਦਾਖਲ ਨਹੀਂ ਕਰ ਦਿੱਤੇ। ਅਸੀਂ ਪ੍ਰੈਸ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਸਾਹਿਬ ਤੋਂ ਇਨਸਾਫ਼ ਦੀ ਮੰਗ ਕਰਦੇ ਹਾਂ ਤਾਂ ਕਿ ਉਹਨਾਂ ਦੇ ਪਿੰਡ 'ਚ ਇਹ ਹਾਲ ਹੋ ਰਿਹਾ ਅਤੇ ਬਾਕੀ ਪੰਜਾਬ ਦਾ ਕੀ ਹਾਲ ਹੋਊਗਾ। ਦੋਸ਼ਾਂ ਨੂੰ ਨਕਾਰਦਿਆਂ ਕਾਂਗਰਸ ਪਾਰਟੀ ਦੇ ਆਗੂ ਕਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਇਸ ਚੋਣ 'ਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਹੋਈ ਹੈ ਜੋ ਅਕਾਲੀ ਦਲ ਨੂੰ ਬਰਦਾਸ਼ਤ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕਿਸੇ ਵੀ ਉਮੀਦਵਾਰ ਨੇ ਕਾਗਜ਼ ਨਹੀਂ ਭਰੇ, ਇਸ ਕਰਕੇ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ ਹਨ। ਖਾਲਸਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਲਾਏ ਗਏ ਦੋਸ਼ ਬੇਬੁਨਿਆਦ ਹਨ। ਇਹ ਬਿਲਕੁਲ ਬੇਬੁਨਿਆਦ ਝੂਠਾ ਇਲਜ਼ਾਮ ਹੈ ਜੀ। ਜਿਹੜਾ ਕੌਰਮ ਆ ਉਹ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਜਿਹੜਾ ਸਾਈਨ ਕਰਾਉਣ ਵਾਲਾ ਕੌਰਮ ਹੁੰਦਾ ਗਾ, ਜਿਹੜਾ ਪ੍ਰੋਸੈਸ 10:30 ਵਜੇ ਤੋਂ ਬਾਅਦ ਚੱਲਦਾ ਗਾ, ਜਿਹੜਾ 10:30 ਵਜੇ ਤੱਕ ਸਾਈਨ ਹੋਏ ਹੈਗੇ, ਉਹ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਨੇ ਸਾਈਨ ਦਾ ਜਿਹੜਾ ਕੌਰਮ ਉਹ ਪੂਰਾ ਹੋ ਗਿਆ, ਕਿਉਂਕਿ 4/3 ਜੋ ਇੱਕ ਹਿੱਸਾ ਕਰਾਉਣਾ ਹੁੰਦਾ, ਚੌਥਾ ਹਿੱਸਾ ਉਹ ਜਿਹੜਾ ਕੌਰਮ ਆ ਪੂਰਾ ਹੋਇਆ 10:30 ਵਜੇ। 10:30 ਵਜੇ ਉਹਨਾਂ ਨੇ ਹੁਣ ਜਿਹੜੇ ਕਾਗਜ਼ 11 ਵਜੇ ਤੱਕ ਭਰਨੇ ਆ, ਕੋਈ ਧੱਕਾ ਨਹੀਂ ਕੁਛ ਨਹੀਂ। ਇਹਨਾਂ ਨੇ ਆਪਦੀ ਉਹ ਖਬਰਾਂ ਲਵਾਉਣ ਵਾਸਤੇ ਮੀਡੀਆ 'ਚ ਆਉਣ ਵਾਸਤੇ ਇਹ ਡਰਾਮੇਬਾਜ਼ੀ ਕਰ ਰਹੇ ਆ, ਕੋਈ ਧੱਕਾ ਨਹੀਂ ਇੱਥੇ ਹੋ ਰਿਹਾ ਜੀ। ਪ੍ਰਸ਼ਾਸਨ ਬਿਲਕੁਲ ਨਿਰਪੱਖ ਚੋਣ ਕਰਾ ਰਿਹਾ, ਕਾਗਜ਼ ਹਜੇ ਭਰਨੇ ਆ ਜੀ, ਨਾ ਅਸੀਂ ਭਰੇ ਆ ਹਜੇ, ਨਾ ਉਹਨਾਂ ਨੇ ਭਰੇ ਆ, ਕੋਈ ਗੁੰਡਾਗਰਦੀ ਨਹੀਂ ਕੁਛ ਨਹੀਂ। ਇਹ ਜਾਣ ਕੇ ਮੀਡੀਆ 'ਚ ਆਉਣ ਵਾਸਤੇ ਇਹ ਉਹ ਲਾ ਰਹੇ ਆ ਜੀ। ਅਮਨ ਅਮਾਨ ਨਹੜੀ ਚੋਣ ਹੋ ਰਹੀ ਆ, ਜਿਹੜਾ ਪ੍ਰੋਸੈਸ ਆ ਸਾਈਨਾਂ ਵਾਲਾ ਉਹ ਹਜੇ ਪੂਰਾ ਹੋਇਆ, ਜਿਹੜਾ ਕਾਗਜ਼ਾਂ ਦੇ ਭਰਨ ਦੀ ਟਾਈਮ ਆ ਉਹ 11 ਵਜੇ ਤੱਕ। ਚੋਣਾਂ ਹੋ ਰਹੀਆਂ ਤੇ ਅਕਾਲੀ ਦਲ ਦੇ ਕੈਂਡੀਡੇਟ ਕਹਿ ਰਹੇ ਨੇ ਕਿ ਪੁਲਿਸ ਨੇ ਸਾਨੂੰ ਬਾਹਰ ਕੱਢਤਾ। ਨਹੀਂ ਜੀ, ਅਸੀਂ ਸਿਕਿਉਰਟੀ ਅਰੇਂਜਮੈਂਟ ਵਾਸਤੇ ਜਿਹੜੇ ਬੰਦੇ ਫਾਲਤੂ ਨੇ ਉਹ ਬਾਹਰ ਕੱਢੇ ਨੇ, ਕਿਸੇ ਨਾਲ ਕੋਈ ਮਤਭੇਦ ਨਹੀਂ ਹੋ ਰਿਹਾ, ਸਹੀ ਇਲੈਕਸ਼ਨ ਕਰਾ ਰਹੇ ਹਾਂ। ਸੂਬੇ 'ਚ ਗੈਂਗਸਟਰਾਂ ਦੇ ਦਿਲਾਂ 'ਚੋਂ ਕਾਨੂੰਨ ਦਾ ਖੌਫ ਖਤਮ ਹੁੰਦਾ ਜਾ ਰਿਹਾ ਹੈ ਤੇ ਉਹ ਸ਼ਰੇਆਮ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ। ਪੁਲਿਸ ਨੇ ਗੈਂਗਸਟਰਾਂ ਦੀ ਇਸ ਚਾਲ ਨੂੰ ਨਾਕਾਮ ਕਰ ਦਿੱਤਾ ਤੇ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰ ਲਿਆ, ਪਰ ਉਹਨਾਂ ਵਿੱਚੋਂ ਇੱਕ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਿਸ ਨੇ ਕਈ ਹਥਿਆਰ ਵੀ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ੂਗਰ ਮਿਲ ਜਿਹੜੀ ਸਾਡੇ ਫਰੀਦਕੋਟ ਦੇ ਵਿੱਚ ਹੈਗੀ, ਉਹਦੇ ਉਹਨੂੰ ਅਸੀਂ ਸਾਰੇ ਨੂੰ ਕਾਰਡਨ ਕਰਕੇ ਸਾਡੀ ਟੀਮ ਨੇ ਉੱਥੋਂ ਇੱਕ ਗੈਂਗ ਨੂੰ ਅਸੀਂ ਰੰਗੇਤੀ ਫੜਿਆ ਵਿਦ ਵੈਪਨਸ। ਇਹ ਟੋਟਲ 5 ਗੈਂਗਸਟਰ ਸੀਗੇ, ਜਿਨ੍ਹਾਂ 'ਚੋਂ ਅਸੀਂ 4 ਨੂੰ ਕਾਬੂ ਕਰਨ 'ਚ ਕਾਮਯਾਬ ਹੋਏ ਹਾਂ। ਇਹਦੇ 'ਚ ਸਾਡੀ ਜਿਹੜੀ CIA ਟੀਮ, ਸਾਡਾ ਇੰਸਪੈਕਟਰ ਇਕਬਾਲ ਸਿੰਘ ਅਤੇ ਇਹਨਾਂ ਦੇ ਸਾਰੇ ਸਾਥੀ ਜਗਸੀਰ ਅਤੇ ਹੋਰ ਸਾਰੇ, ਇਹਨਾਂ ਨੇ ਬੜੀ ਮਿਹਨਤ ਨਾਲ ਇਸ ਕੇਸ ਨੂੰ ਉਹਨਾਂ ਨੂੰ ਟਰੇਸ ਕੀਤਾ ਹੈ। ਬੰਦੇ ਫੜੇ ਨੇ ਔਰ ਇਹ ਕਾਫੀ ਨੋਟੋਰੀਅਸ ਗੈਂਗਸਟਰ ਨੇ, ਜਿਨ੍ਹਾਂ ਦੇ ਖਿਲਾਫ਼ 7-7, 8-8 ਮੁਕੱਦਮੇ ਪਹਿਲਾਂ ਵੀ ਦਰਜ ਨੇ। ਔਰ ਇਹ ਲੋਕ ਪਿਛਲੇ 4 ਕੁ ਮਹੀਨੇ ਪਹਿਲਾਂ ਹੀ ਇਹ ਜੇਲ੍ਹ 'ਚੋਂ ਆਏ ਨੇ, ਕੁਛ ਕਈ ਚੀਜ਼ਾਂ 'ਚੋਂ ਬਰੀ ਹੋ ਕੇ, ਕਈਆਂ ਦੇ ਉੱਤੇ ਇਹਨਾਂ ਦੀ ਜ਼ਮਾਨਤ ਹੋਈ ਹੈ। ਔਰ ਇਹ ਦੁਬਾਰਾ ਆਪਣੀ ਗੈਂਗ ਨੂੰ ਰੀਗਰੁੱਪ ਕਰਨ ਦੀ ਕੋਸ਼ਿਸ਼ ਸੀਗੇ ਅਤੇ ਇਹਨਾਂ ਨੂੰ ਕਿਸ ਤਰ੍ਹਾਂ ਇਹਨਾਂ ਦੇ ਖਿਲਾਫ਼ ਜਿਹੜੇ ਮੁਕੱਦਮੇ ਨੇ ਹੁਣ ਤੱਕ ਦੇ, ਉਹ 302, 307 ਲੁੱਟਾਂ ਖੋਹਾਂ ਅਤੇ ਹੋਰ ਸਾਰਿਆਂ ਦੇ ਮੁਕੱਦਮੇ ਨੇ। ਪਿਛਲੇ 13 ਤਰੀਕ ਨੂੰ ਇਹਨਾਂ ਨੇ ਫਰੀਦਕੋਟ 'ਚੋਂ ਸਾਡੇ ਇੱਕ ਬੰਦੇ ਤੋਂ ਲਾਇਸੈਂਸਡ 32-bore ਰਿਵਾਲਵਰ ਇਹਨਾਂ ਨੇ ਖੋਹਿਆ ਸੀ ਅਤੇ ਉਹਦੇ ਨਾਲ 23 ਜ਼ਿੰਦਾ ਕਾਰਤੂਸ ਸੀ। ਉਹ ਰਿਵਾਲਵਰ ਵੀ ਜਿਹੜਾ ਆਰਡੀਨੈਂਸ ਮੇਡ ਰਿਵਾਲਵਰ ਸੀ, ਉਹ ਵੀ ਇਹਨਾਂ ਤੋਂ ਬਰਾਮਦ ਕਰ ਲਿਆ। ਪੁਲਿਸ ਵੱਲੋਂ ਫਰਾਰ ਗੈਂਗਸਟਰ ਨੂੰ ਕਦੋਂ ਕਾਬੂ ਕੀਤਾ ਜਾਂਦਾ ਹੈ ਅਤੇ ਉਸ ਉੱਪਰ ਕੀ ਕਾਰਵਾਈ ਪੰਜਾਬ ਪੁਲਿਸ ਵੱਲੋਂ ਕੀਤੀ ਜਾਂਦੀ ਹੈ।
ਜਨਮ ਅਸ਼ਟਮੀ ਦੇ ਮੌਕੇ ਪੰਜਾਬ ਸਰਕਾਰ ਦੇ ਸਾਰੇ ਦਫਤਰਾਂ, ਬੋਰਡ, ਕਾਰਪੋਰੇਸ਼ਨਾਂ ਅਤੇ ਹੋਰ ਸਰਕਾਰੀ ਵਿਦਿਅਕ ਅਦਾਰਿਆਂ ਵਿਚ 24/8/2019 ਦੀ ਬਜਾਏ ਮਿਤੀ 23/8/2019 ਨੂੰ ਗਜ਼ਟਿਡ ਛੁੱਟੀ ਰਹੇਗੀ। ਇਹ ਜਾਣਕਾਰੀ ਕਰਨ ਅਵਤਾਰ ਸਿੰਘ, ਮੁੱਖ ਸਕੱਤਰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਵਿਚ ਦਿੱਤੀ ਹੈ। ਬਠਿੰਡਾ ਨਗਰ ਨਿਗਮ ਚ ਉਸ ਵੇਲੇ ਖਲਬਲੀ ਮਚ ਗਈ ਜਦੋਂ ਵਿਜੀਲੈਂਸ ਵਿਭਾਗ ਚੰਡੀਗੜ੍ਹ ਤੋਂ ਇੱਕ ਟੀਮ ਨਗਰ ਨਿਗਮ ਦੇ ਦਫਤਰ ਆ ਗਈ। ਇਸ ਦੌਰਾਨ ਵਿਜੀਲੈਂਸ ਦੀ 3 ਮੈਂਬਰੀ ਟੀਮ ਨੇ ਨਗਰ ਨਿਗਮ ਵੱਲੋਂ ਲਏ ਜਾ ਰਹੇ ਗਊ ਸੈਸ ਦੇ ਰਿਕਾਰਡ ਦੀ ਜਾਂਚ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਗਊ ਸੈਸ ਨੂੰ ਲੈ ਕੇ ਰਿਕਾਰਡ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਥੇ ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਵੀ ਰਿਕਾਰਡ ਵਿਜੀਲੈਂਸ ਅਧਿਕਾਰੀਆਂ ਵੱਲੋਂ ਮੰਗਿਆ ਗਿਆ ਉਹ ਉਨ੍ਹਾਂ ਨੂੰ ਪੇਸ਼ ਕਰ ਦਿੱਤਾ ਗਿਆ। ਨਗਰ ਕਾਰਪੋਰੇਸ਼ਨ ਬਠਿੰਡਾ ਕਿੱਦਾਂ ਕਰ ਰਹੀ ਹੈ ਉਹਦੀ ਇਨਕੁਆਇਰੀ ਕਰਨਾ। ਸਰ ਕਿਸ ਵੱਲੋਂ ਸ਼ਿਕਾਇਤ ਕੀਤੀ ਗਈ ਸੀ? ਇਸ ਬਾਰੇ ਹਾਲੇ ਕੁਛ ਜਾਣਕਾਰੀ ਨਹੀਂ ਹੈ ਸਾਨੂੰ। ਸਰਕਾਰ ਦੇ ਹੁਕਮ ਹੋਇਆ ਤੇ ਅਸੀਂ ਆਏ ਹਾਂ। ਕੀ ਕੁਛ ਮਿਲਿਆ ਰਿਪੋਰਟ ਦੀ ਚੈਕਿੰਗ ਹਾਲੇ ਕਰ ਰਹੇ? ਹਾਲੇ ਤਾਂ ਆਏ ਹਾਂ, ਹਾਲੇ ਅਸੀਂ ਆਏ ਹਾਂ, ਅਸੀਂ ਚੈਕਿੰਗ ਕਰ ਰਹੇ ਹਾਂ। ਤੁਹਾਡੇ ਨਾਲ ਵੀ ਹੈ ਸਰ ਟੀਮ? ਹਾਂ ਟੀਮ, ਸਾਡੀ ਟੀਮ ਹੈਗੀ ਹੈ ਪੂਰੀ। ਟੋਟਲ ਕਿੰਨੇ ਬੰਦੇ? 3 ਜਣੇ ਅਸੀਂ, ਮਹਿੰਦਰਪਾਲ ਸਿੰਘ, ਮਨਪ੍ਰੀਤ ਸਿੰਘ, ਹਰਬਖਸ਼ ਸਿੰਘ। ਕੋਈ ਸੋਰਸ ਨਹੀਂ, ਸਰਕਾਰ ਤੋਂ ਆਰਡਰ ਹੋਈ ਸੀ ਚੈਕਿੰਗ ਕਰੋ, ਰੂਟੀਨ ਚੈਕਿੰਗ ਕਰਨ ਆਏ ਹਾਂ ਕਾਉਸਸ ਤੋਂ। ਕੋਈ ਏਜੰਸੀ ਮਾਮਲੇ ਕੀ ਨਸੇ ਕਿ ਰੋਡ ਰੂਮੀ? ਹਾਂਜੀ, ਇਹ ਰਿਕਾਰਡ ਇਹਨਾਂ ਨੇ ਆ ਕੇ ਮੰਗਿਆ ਸੀ ਪੇਸ਼ ਕਰਤਾ ਦਾ ਸੈਟ। ਕਿਸ ਤਰ੍ਹਾਂ ਰਿਕਾਰਡ ਮੰਗਿਆ? ਕੀ ਕਾਉਸਸ ਸੰਬੰਧੀ, ਕਿੰਨੀ ਰਿਸਿਪਟਸ ਹੈ, ਕਿੰਨੀ ਪੇਮੈਂਟਸ ਹੈ ਦਾ ਸੈਟ? ਹਾਂਜੀ, ਬਸ ਕੀ ਕੁਝ ਪੇਸ਼ ਕੀਤਾ ਗਿਆ ਆਪਣੇ ਵੱਲੋਂ? ਪੇਮੈਂਟਸ ਐਂਡ ਰਿਸੀਪਟਸ। ਕਿੱਥੋਂ ਆਈ ਟੀਮ ਦੀ? ਸਾਡੇ CVO ਸੈੱਲ ਲੈ ਕੇ ਆ ਚੰਡੀਗੜ੍ਹ ਹੈੱਡ ਆਫਿਸ ਉੱਥੋਂ ਆਈ ਹੈ। ਤਾਂ ਕੋਈ ਸ਼ਿਕਾਇਤ ਕੀਤੀ ਗਈ ਸੀ ਵੱਲੋਂ? ਕੋਈ ਦੇ ਨੋ ਬੈਟਰ ਆਈ ਡੋਂਟ ਨੋ। ਦੱਸਣਾ ਬਣਦਾ ਹੈ ਕਿ ਅਵਾਰਾ ਪਸ਼ੂਆਂ ਨੂੰ ਲੈ ਕੇ ਬਠਿੰਡਾ ਸ਼ਹਿਰ 'ਚ ਆਏ ਦਿਨ ਮੌਤਾਂ ਹੋ ਰਹੀਆਂ ਨੇ ਤੇ ਨਗਰ ਨਿਗਮ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। You are watching NC7 News. To give advertisement for flash ad, video ad and paid stories on this channel, contact us on 9855858559.